ਹਾਂਜੀ, 4 ਮੀਟਰ ਵੱਡੇ ਪਣੇ ਦਾ ਮਸਲੀਨ ਕਾਟਨ ਦਾ ਸੂਟ ਰਹੇਗਾ। ਫੈਂਸੀ ਥਰੈਡ ਵਰਕ ਹੋਇਆ, ਬਾਜੂ 'ਤੇ ਵੀ ਵਰਕ ਮਿਲੇਗਾ ਔਰ ਇਸਦੀ ਬੋਟਮ 'ਤੇ ਵੀ ਵਰਕ। 2.25 ਮੀਟਰ ਦੁਪੱਟਾ ਔਰ ਗੈਂਜ਼ਾ ਦਾ 4 ਸੈਟ ਲੈਸ 550 ਵਿੱਚ ਬਾਏ ਕਰ ਸਕਦੇ ਹੋ। ਨੈਚੁਰਲ ਕਰੇਵ ਦਾ 5 ਮੀਟਰ ਸੂਟ ਰਹੇਗਾ, ਫੈਂਸੀ ਥਰੈਡ ਵਰਕ ਹੋਇਆ, ਬਾਜੂ 'ਤੇ ਵੀ ਵਰਕ ਮਿਲੇਗਾ। ਚਨੂਨ ਦਾ 2.25 ਮੀਟਰ ਦੁਪੱਟਾ, 2 ਸੈਡ ਵਰਕਰ 4 ਸੈਡ ਲੈਸ ਮਿਲੇਗੀ, 3350 ਵਿੱਚ ਇਹ ਬਾਏ ਕਰ ਸਕਦੇ ਹੋ। ਹੈਵੀ ਸੂਟ ਰੈਡੀ ਹੋਏ ਨੇ। ਨੈਕਸਟ ਹੈ ਆਪਣੇ ਕੋਲ ਸ਼ਿਮਰ ਦਾ ਸੂਟ ਰਹੇਗਾ, ਫੈਂਸੀ ਥਰੈਡ ਵਰਕ ਹੋਇਆ, ਬਾਜੂ 'ਤੇ ਵਰਕ, ਬੋਟਮ 'ਤੇ 2.25 ਮੀਟਰ 4 ਸੈਡ ਲੈਸ, 999 ਵਿੱਚ ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ। ਨੈਚੁਰਲ ਕਰੇਪ ਦਾ ਸੂਟ ਰਹੇਗਾ 5 ਮੀਟਰ, ਦੇਖ ਸਕਦੇ ਹੋ ਤੁਸੀਂ ਘੇਰੇ 'ਤੇ ਵਰਕ ਮਿਲੇਗਾ, ਇਸਦੀ ਬਾਜੂ 'ਤੇ ਵੀ ਵਰਕ ਮਿਲੇਗਾ। ਦੁਪੱਟਾ ਇਸ ਦੇ ਨਾਲ ਚਨੂਨ ਦਾ ਟਾਈ ਡਾਈ 4 ਸੈਡ ਲੈਸ ਵਾਲਾ, 850 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ। ਫਰੰਟ 'ਤੇ ਇਸ ਤਰ੍ਹਾਂ ਦਾ ਵਰਕ ਮਿਲੇਗਾ, ਜੋ ਡਿਟੋ ਮਾਡਲ ਨੇ ਪਾਇਆ ਹੋਇਆ ਇਸ ਤਰ੍ਹਾਂ ਦਾ ਤੁਹਾਨੂੰ ਸੂਟ ਮਿਲੇਗਾ। ਨੈਕਸਟ ਇਹ ਸੂਟ ਰਹੇਗਾ ਆਪਣੇ ਕੋਲ 2.5 ਮੀਟਰ ਵਿਸਕੋਸ ਜੋਰਜੈਟ ਪ੍ਰਿੰਟਡ, ਨੈਕ 'ਤੇ ਵਰਕ ਹੋਇਆਗਾ, ਬੋਟਮ 2.5 ਮੀਟਰ ਮਸਲੀਨ ਦੀ ਮਿਲੇਗੀ, ਜੋਰਜੈਟ ਦਾ ਹੀ ਦੁਪੱਟਾ 2.5 ਮੀਟਰ ਪ੍ਰਿੰਟਡ 4 ਸੈਟ ਲੈਸ ਵਾਲਾ, 1070 ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ। ਮੇਰਾ ਵਟਸਐਪ ਨੰਬਰ ਸਕਰੀਨ 'ਤੇ ਮੈਨਸ਼ਨ ਹੈ, ਤੁਸੀਂ ਉਸ 'ਤੇ ਸਕਰੀਨਸ਼ੋਟ ਸੈਂਡ ਕਰਕੇ ਆਪਣਾ ਸੂਟ ਬਾਏ ਕਰ ਸਕਦੇ ਹੋ। ਨੈਕਸਟ ਇਹ ਸੂਟ ਆਪਣੇ ਕੋਲ ਵਰਕ ਹੋ ਰਿਹਾ ਇਹਨਾਂ ਸੂਟਾਂ ਦੇ ਉੱਤੇ, ਜਦੋਂ ਵੀ ਇਹਨਾਂ ਦੇ ਸੂਟ ਇਹ ਸੂਟ ਰੈਡੀ ਹੋ ਜਾਣਗੇ ਆਪਾਂ ਇਹਨਾਂ ਦੀਆਂ ਫੋਟੋ ਅਪਲੋਡ ਜ਼ਰੂਰ ਕਰਾਂਗੇ। ਨੈਕਸਟ ਇਹ ਆਪਣੇ ਕੋਲ ਸੋਫਟ ਔਰਗੈਂਜ਼ਾ ਸ਼ਿਮਰ ਦਾ ਸ਼ਰਟ ਰਹੇਗਾ, ਗੋਟਾ ਪੱਤੀ ਹੋਇਆ ਨੈਕ 'ਤੇ ਔਰ ਇਸਦੀ ਜੋ ਬੈਕ ਵੀ ਇਸ ਤਰ੍ਹਾਂ ਪ੍ਰਿੰਟਡ ਮਿਲੇਗੀ, ਬੋਟਮ ਸਿਲਕ ਦੀ 3 ਮੀਟਰ ਰਹੇਗੀ, ਦੁਪੱਟਾ ਚਫੂਨ ਦਾ ਪਿਓਰ ਮਿਲੇਗਾ, 3050 ਵਿੱਚ ਇਹ ਸੂਟ ਘਰ ਬੈਠੇ ਪਾਏ ਕਰ ਸਕਦੇ ਹੋ। ਇਹ ਸੂਟਾਂ 'ਤੇ ਔਫਰ ਹੈ। ਕਰੇਪ ਦੇ ਡਿਜੀਟਲ ਪ੍ਰਿੰਟ ਆਲ ਓਵਰ ਸੂਟ ਰਹੇਗਾ 5 ਮੀਟਰ, ਇੱਕ ਸੂਟ ਦਾ ਪ੍ਰਾਈਸ ਰਹੇਗਾ 325, ਘਰ ਬੈਠੇ ਸੂਟ ਤੁਸੀਂ ਬਾਏ ਕਰ ਸਕਦੇ ਹੋ 325 ਦੇ ਵਿੱਚ, ਇਹ ਲਿਮਿਟਡ ਸਟੋਕ ਆ। ਨੈਕਸਟ ਡਿਜੀਟਲ ਪ੍ਰਿੰਟ ਚਨੂਨ ਫੈਬਰਿਕ ਰਹੇਗਾ, ਬਾਂਦਨੀ ਪ੍ਰਿੰਟ ਵਿੱਚ ਆਏ ਹੋਏ ਚਨੂਨ ਬਾਂਦਨੀ ਪ੍ਰਿੰਟ ਕੈਂਬੋ ਰਹੇਗਾ, 2.5 ਮੀਟਰ ਸ਼ਰਟ, 2.5 ਮੀਟਰ ਬੋਟਮ ਰਹੇਗੀ, 599 ਵਿੱਚ ਤੁਸੀਂ ਕੋਈ ਵੀ ਸੂਟ ਇਹਨਾਂ 'ਚੋਂ ਬਾਏ ਕਰ ਸਕਦੇ ਹਾਂ ਵਿਦਆਊਟ ਦੁਪੱਟਾ ਇਹ ਸੂਟ ਨੇ। ਨੈਕਸਟ ਪਲੇਨ ਸਟੱਫ ਰਹੇਗਾ ਆਪਣੇ ਕੋਲ, ਔਰਗੈਂਜ਼ਾ ਵਿਸਕੋਸ ਪਲੇਨ, ਬਹੁਤ ਹੀ ਵਧੀਆ ਸਟੱਫ ਹੈ, 700 ਦੇ ਵਿੱਚ ਘਰ ਬੈਠੇ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ, 5 ਮੀਟਰ ਸੂਟ ਦੀ ਕੱਟ ਮਿਲੇਗੀ। ਇਹ ਵਾਲਾ ਰਹੇਗਾ ਆਪਣੇ ਕੋਲ ਆਲ ਓਵਰ ਗਲਾਸ ਕ੍ਰਿਸ਼ ਟਿਸ਼ੂ 5 ਮੀਟਰ ਸੂਟ ਰਹੇਗਾ, ਇਹਨਾਂ ਇਸ ਸਟੱਫ 'ਤੇ ਤੁਸੀਂ ਹੈਂਡ ਵਰਕ ਕਰਵਾ ਸਕਦੇ ਹੋ, 500 ਦੇ ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ। ਰੈਡੀਮੇਡ ਆਪਣੇ ਕੋਲ ਗਾਊਨ ਮਿਲੇਗਾ ਜੋਰਜੈਟ ਦਾ, ਮਾਈਕਰੋ ਕਾਟਨ ਇਨਰ ਹੋਏਗਾ, ਐਕਸਲ ਡਬਲ ਐਕਸਲ ਔਰ ਇਸਦੀ ਲੈਂਥ ਰਹੇਗੀ 51-52, ਫਲੇਅਰ ਮਿਲੇਗੀ 3 ਮੀਟਰ, ਬੋਟਮ ਮਾਈਕਰੋ ਕਾਟਨ ਦੀ ਰਹੇਗੀ, 1500 ਦੇ ਵਿੱਚ ਬਾਏ ਕਰ ਸਕਦੇ ਹੋ। ਹੈਵੀ ਵਰਕ ਮਿਲੇਗਾ ਤੁਹਾਨੂੰ, ਡਿਜ਼ਾਈਨਰ ਦੁਪੱਟਾ ਔਰ ਪਲੇਨ ਬੋਟਮ ਮਿਲੇਗੀ, 2.5 ਮੀਟਰ ਸ਼ਰਟ ਮਿਲੇਗੀ, 2.25 ਮੀਟਰ ਵਰਕ ਵਾਲਾ ਦੁਪੱਟਾ ਮਿਲੇਗਾ, ਪਲੇਨ ਬੋਟਮ ਸ਼ਰਟ ਔਰ ਦੁਪੱਟੇ 'ਤੇ ਹੀ ਵਰਕ ਮਿਲੇਗਾ, 650 ਦੇ ਵਿੱਚ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ। ਇਹ ਬਹੁਤ ਜ਼ਿਆਦਾ ਡਿਮਾਂਡ 'ਤੇ ਸੂਟ ਸੀ, ਇਹਨਾਂ ਦਾ ਵਾਰ ਵਾਰ ਮੈਸੇਜ ਆ ਰਹੇ ਸੀਗੇ, ਜੋ ਆਪਾਂ ਇਹ ਰੀਸਟੋਕ ਕਰ ਦਿੱਤੇ, ਹੁਣ ਜਲਦੀ ਤੋਂ ਜਲਦੀ ਤੁਸੀਂ ਆਪਣਾ ਸੂਟ ਬਾਏ ਕਰ ਸਕਦੇ ਹੋ। ਕਲਰ ਜੋ ਆਪਣੇ ਕੋਲ ਅਵੇਲੇਬਲ ਸੀ ਔਰ ਡਿਜ਼ਾਈਨ ਸੀ ਆਪਾਂ ਐਡ ਕਰਦੇ ਨੇ।
ਨੈਕਸਟ ਆਪਣੇ ਕੋਲ ਡਾਇਨਿੰਗ ਜੋਰਜਟ ਐਂਡ ਲਾਈਨਿੰਗ ਜੋਰਜਟ ਰਹੇਗੀ। 5 ਮੀਟਰ ਸੂਟ ਦੀ ਕੱਟ ਮਿਲੇਗੀ 450 ਦੇ ਵਿੱਚ, ਤੁਸੀਂ ਕੋਈ ਵੀ ਕਲਰ ਬਾਏ ਕਰ ਸਕਦੇ ਹੋ। ਨੈਕਸਟ ਸ਼ਰਟ ਰਹੇਗੀ ਨੈਚੁਰਲ ਕਰੇਪ ਦੀ 2.5 ਮੀਟਰ, ਔਰ ਇਸ ਨਾਲ ਬੋਟਮ ਰਹੇਗੀ ਨੈਚੁਰਲ ਕਰੇਪ ਦੀ 2.5 ਮੀਟਰ ਪਲੇਨ। ਦੁਪੱਟਾ ਟਾਈਡਾਈ ਰਹੇਗਾ 2.5 ਮੀਟਰ। 1250 ਵਿੱਚ ਇਹ ਤੁਸੀਂ ਸੂਟ ਬਾਏ ਕਰ ਸਕਦੇ ਹੋ ਘਰ ਬੈਠੇ। ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ, ਪੇਮੈਂਟ ਐਡਵਾਂਸ ਕਰਨੀ ਪੈਂਦੀ ਆ। ਤੁਸੀਂ ਸਕਰੀਨਸ਼ੋਟ ਸੂਟ ਦਾ ਔਰ ਆਪਣਾ ਐਡਰੈਸ ਔਰ ਵਿਦ ਪੇਮੈਂਟ ਤੁਸੀਂ ਸੂਟ ਬਾਏ ਕਰ ਸਕਦੇ ਹੋ ਸੈਂਡ ਕਰਕੇ। ਅੱਜ ਕੱਲ੍ਹ ਇਹ ਵਾਲੇ ਸੂਟ ਬਹੁਤ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਹੇ ਨੇ। ਪਿਓਰ ਜੋਰਜਟ ਡਾਈਏਬਲ ਸਟੱਫ ਰਹੇਗਾ, ਇਸਦਾ ਜੋ ਪਣਾ ਰਹੇਗਾ ਉਹ ਵੱਡਾ ਰਹੇਗਾ। ਹੈਵੀ ਮਿਰਰ ਵਰਕ ਔਰ ਸੀਕੁਐਂਸ ਦਾ ਵਰਕ ਹੋਇਆ, 550 ਪਰ ਮੀਟਰ 'ਚ ਬਾਏ ਕਰ ਸਕਦੇ ਹੋ। ਨੈਕਸਟ ਪਿਓਰ ਮਸਲੀਨ ਕੋਟਨ ਸ਼ਰਟ ਰਹੇਗੀ, 175 ਨੈਕ 'ਤੇ ਵਰਕ ਹੋਇਆ, ਗੋਟਾ ਪੱਤੀ ਇੰਬਰੋਡਰੀ ਔਰ ਕੰਟਰਾਸਟ ਬੋਟਮ ਰਹੇਗੀ, ਬੋਟਮ 'ਤੇ ਵੀ ਵਰਕ ਮਿਲੇਗਾ। ਦੁਪੱਟਾ ਮਸਲੀਨ ਦਾ ਸੀਕੁਐਂਸ ਇੰਬਰੋਡਰੀ ਵਾਲਾ, 899 ਵਿੱਚ ਇਹ ਤੁਸੀਂ ਬਾਏ ਕਰ ਸਕਦੇ ਹੋ। ਨੈਕਸਟ ਸ਼ਰਟ ਰਹੇਗੀ ਮਸਲੀਨ ਕੋਟਨ ਦੀ 2.5 ਮੀਟਰ, ਆਰੀ ਵਰਕ ਹੋਇਆ ਔਰ ਬੋਟਮ 2.5 ਮੀਟਰ ਪ੍ਰਿੰਟਡ, ਮਸਲੀਨ ਦਾ ਦੁਪੱਟਾ 2.5 ਮੀਟਰ ਪ੍ਰਿੰਟਡ, 950 ਵਿੱਚ ਇਹ ਤੁਸੀਂ ਬਾਏ ਕਰ ਸਕਦੇ ਹੋ। ਪਿਓਰ ਮਸਲੀਨ ਕੋਟਨ ਦੀ ਸ਼ਰਟ 2.5 ਮੀਟਰ ਆਰੀ ਵਰਕ ਹੋਏਗਾ ਔਰ ਬੋਟਮ ਇਸ ਦੇ ਨਾਲ ਪ੍ਰਿੰਟਡ 2.5 ਮੀਟਰ, ਦੁਪੱਟਾ ਵੀ ਇਸਦੇ ਨਾਲ ਮਸਲੀਨ ਦਾ, 1050 ਵਿੱਚ ਇਹ ਵੀ ਸੂਟ ਤੁਸੀਂ ਬਾਏ ਕਰ ਸਕਦੇ ਹੋ। ਨੈਕਸਟ ਇਹ ਆਪਣੇ ਕੋਲ ਆਲ ਓਵਰ ਮਸਲੀਨ ਕੋਟਨ ਦਾ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ, ਲੈਸ ਦਾ ਵਰਕ ਹੋਇਆ ਫਰੰਟ 'ਤੇ, ਮਸਲੀਨ ਦਾ ਦੁਪੱਟਾ ਟਾਈਡਾਈ ਲੈਸ ਵਰਕ ਵਾਲਾ ਔਰ 950 ਵਿੱਚ ਇਹ ਤੁਸੀਂ ਬਾਏ ਕਰ ਸਕਦੇ ਹੋ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਲਾਈਕ ਔਰ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ। ਥੈਂਕ ਯੂ ਜੀ।